ਭਾਰਤ ਦੇਸ਼ ਦੀ ਸੱਭਿਅਤਾ ਬਹੁਤ ਹੀ ਪੁਰਾਣੀ ਸੱਭਿਅਤਾ ਆ। ਸਭ ਤੋਂ ਪਹਿਲਾਂ ਇੱਥੇ ਆਰੀਅਨ ਨੇ ਹਮਲਾ ਕੀਤਾ ਅਤੇ ਇਸ ਦੇਸ਼ 'ਤੇ ਕਬਜ਼ਾ ਕੀਤਾ, ਪਰ ਉਹਨਾਂ ਨੇ ਕਬਜ਼ਾ ਕੀਤਾ, ਦੇਸ਼ ਦਾ ਬਣਾਇਆ ਕੁਛ ਨਹੀਂ। ਉਸ ਤੋਂ ਬਾਅਦ ਮੁਗਲ ਆਏ ਆ, ਦੁਰਾਨੀ ਆਏ ਆ, ਅਫਗਾਨੀ ਆਏ ਆ ਔਰ ਅੰਗਰੇਜ਼ ਆਏ ਆ। ਮੁਗਲ ਵੀ ਜਦੋਂ ਇਸ ਦੇਸ਼ ਵਿੱਚ ਆਏ ਆ ਤਾਂ ਉਹਨਾਂ ਨੇ ਇਸ ਦੇਸ਼ ਨੂੰ ਆਪਣਾ ਘਰ ਬਣਾਇਆ ਆ ਔਰ ਘਰ ਬਣਾਉਣ ਦੇ ਬਾਵਜੂਦ ਇੱਥੇ ਹੀ ਆ ਕੇ ਰਹੇ, ਇੱਥੇ ਉਹਨਾਂ ਦੇ ਪਰਿਵਾਰ ਜੰਮੇ ਪਲੇ। ਉਹਨਾਂ ਨੇ ਇਸ ਦੇਸ਼ ਦੀਆਂ ਜਿੰਨੀਆਂ ਵੀ ਤੁਸੀਂ ਬਿਲਡਿੰਗਾਂ ਪੁਰਾਣੀਆਂ ਇਤਿਹਾਸਕ ਵੇਖਦੇ ਜੇ, ਉਹ ਮੁਗਲਾਂ ਦੇ ਸਮੇਂ ਦੀਆਂ ਹੀ ਬਣੀਆਂ ਹੋਈਆਂ ਹਨ। ਅਫਗਾਨੀ, ਦੁਰਾਨੀ ਜਿੰਨੇ ਵੀ ਆਏ, ਭਾਵੇਂ ਉਹਨਾਂ ਨੇ ਇਸ ਦੇਸ਼ ਨੂੰ ਲੁੱਟਿਆ, ਪਰ ਉਹਨਾਂ ਜੋ ਵੀ ਦੇਸ਼ ਦਾ ਮੁਗਲਾਂ ਨੇ ਇਸ ਦੇਸ਼ ਦਾ ਸੁਧਾਰ ਕੀਤਾ, ਇੱਥੋਂ ਦੀ ਜਮ੍ਹਾਂਬੰਦੀ ਸਾਰੀ ਉਹ ਮੁਗਲਾਂ ਦੇ ਹੀ ਬਣਾਈ ਆ। ਉਸ ਤੋਂ ਬਾਅਦ ਅੰਗਰੇਜ਼ ਆਏ ਆ, ਅੰਗਰੇਜ਼ਾਂ ਨੇ ਚਾਹੇ ਇਸ ਦੇਸ਼ ਦਾ ਬਹੁਤ ਸੰਪਤੀ ਲੁੱਟੀ ਆ, ਪਰ ਉਹਨਾਂ ਨੇ ਵੀ ਇਸ ਦੇਸ਼ ਦੀਆਂ ਜਿੰਨੀਆਂ ਤੁਸੀਂ ਬਿਲਡਿੰਗਾਂ, ਰੇਲਵੇ ਸਟੇਸ਼ਨ ਵੇਖਦੇ ਜੇ, ਨਹਿਰਾਂ ਵੇਖਦੇ ਜੇ, ਖੁਦਾਈ ਦਾ ਕੰਮ ਬਹੁਤ ਜ਼ਿਆਦਾ ਉਹਨਾਂ ਨੇ ਸੁਧਾਰ ਵੀ ਕੀਤਾ ਆ। ਪਰ ਉਸ ਤੋਂ ਬਾਅਦ ਜਦੋਂ ਆਜ਼ਾਦੀ ਮਿਲੀ ਆ ਔਰ ਇੱਕ ਸਾਡੀਆਂ ਆਪਣੀਆਂ ਸਰਕਾਰਾਂ ਇਹੋ ਜਿਹੀਆਂ ਆ ਗਈਆਂ ਆ ਜਿਨ੍ਹਾਂ ਨੇ ਕਿ ਇਸ ਦੇਸ਼ ਦਾ ਕੀਤਾ ਕੱਖ ਨਹੀਂ, ਇਸ ਦੇਸ਼ ਨੂੰ ਲੁੱਟਿਆ ਅਤੇ ਕੁੱਟਿਆ, ਹੋਰ ਕੁਛ ਨਹੀਂ ਕੀਤਾ। ਇਸ ਵੇਲੇ ਮੈਂ ਪਿੰਡ ਮੂਦਲ, ਜ਼ਿਲ੍ਹਾ ਅੰਮ੍ਰਿਤਸਰ ਬਟਾਲਾ ਰੋਡ 'ਤੇ ਸਥਿਤ ਆ, ਅੰਮ੍ਰਿਤਸਰ ਦੇ ਪੂਰਬੀ ਹਲਕੇ ਦੇ ਵਿੱਚ ਇਹ ਪਿੰਡ ਪੈਂਦਾ ਆ। ਤੁਹਾਨੂੰ ਮੈਂ 71-72 ਸਾਲ ਤੋਂ ਜੋ ਇਹ ਦੇਸ਼ ਦੀ ਆਜ਼ਾਦੀ ਮਿਲੀ ਆ, ਜੋ ਉਦੋਂ ਤੋਂ ਇਸ ਪਿੰਡ ਦਾ ਹਾਲ ਆ, ਉਹ ਮੈਂ ਤੁਹਾਨੂੰ ਅੱਖੀਂ ਡਿੱਠਾ ਹਾਲ ਵੇਖਣ ਔਰ ਲੋਕਾਂ ਦੇ ਘਰੋਂ ਘਰੀ ਜਾ ਕੇ ਪੁੱਛ ਕੇ ਦੱਸਾਂਗਾ ਕਿ ਇਸ ਪਿੰਡ ਦਾ ਕੀ ਹਾਲ ਆ। ਸਭ ਤੋਂ ਪਹਿਲਾਂ ਤੁਸੀਂ ਮੇਰੇ ਵੱਲ ਵੇਖ ਲਓ ਕਿ ਆਹ ਗਾਰੇ 'ਚ ਜਾਣ ਵਾਸਤੇ, ਆਹ ਵੇਖੋ ਮੈਂ ਜੁੱਤੀ, ਆਹ ਜੁੱਤੀ ਮੈਂ ਲਾ ਲਈ ਆ ਇਸ ਘਰਾਂ ਜਾਣ ਵਾਸਤੇ। ਸੋ ਆਓ ਹੁਣ ਮੈਂ ਤੁਹਾਨੂੰ ਸਾਰਿਆਂ ਨੂੰ ਤਾਂ ਮੈਂ ਇਹ ਘਰਾਂ 'ਚ ਲੈ ਕੇ ਚੱਲਦਾ ਹਾਂ। ਆਓ ਚੱਲਦੇ ਹਾਂ ਡੋਰ ਟੂ ਡੋਰ, ਆਓ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਸਭ ਤੋਂ ਪਹਿਲੇ ਘਰ 'ਚ। ਆਹ ਜੀ ਟੀ ਰੋਡ ਤੋਂ ਸਭ ਤੋਂ ਪਹਿਲਾ ਘਰ ਹੈ ਜਿੱਥੇ ਲੈ ਕੇ ਚੱਲਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਅੱਜ ਰਾ ਕੇ ਬਾਹਰ ਆਇਓ, ਲਾਂਘੇ ਲਾਂਘੇ ਫੜ ਕੇ ਲਿਆਓ ਵੀਰ ਜੀ ਬਾਹਰ। ਆ ਜੋ ਗਲੀਆਂ ਦਾ ਹਾਲ ਹੈ, ਕਦੋਂ ਵਧਾਇਆ ਆ? ਵੀਹ ਸਾਲ ਹੋ ਗਿਆ ਵੀ ਆਹ ਜਿਹੜੀ ਗਲੀਆਂ ਆ, 20 ਸਾਲ ਤੋਂ ਵੀ ਫਿਰ ਵੇਖ ਲਓ, ਸੋਚ ਲਓ ਚੰਗੀ ਤਰ੍ਹਾਂ। 20 ਸਾਲ ਤੋਂ ਵੱਧ ਹੋ ਗਿਆ, ਉਸ ਵੇਲੇ ਹਰਭਜਨ ਸਿੰਘ ਸਰਪੰਚ ਸੀ ਜਦੋਂ ਇੱਟਾਂ ਲੱਗੀਆਂ ਇੱਥੇ, ਯਾਨੀ ਕਿ ਉਹਨਾਂ ਉਸ ਤੋਂ ਬਾਅਦ ਕਿ 4-5 ਸਰਪੰਚ ਬਣ ਗਏ ਕਿਸੇ। ਤੁਹਾਡਾ ਕਹਿਣਾ ਮਤਲਬ ਅਕਾਲੀ ਸਰਕਾਰਾਂ ਵੀ ਆਈਆਂ, ਕਾਂਗਰਸ ਦੀਆਂ ਵੀ ਆਈਆਂ ਇੱਥੇ? ਹਾਂਜੀ, ਕਿਸੇ ਨੇ ਵੀ ਨਹੀਂ ਇਸ ਕਲੋਨੀ ਬਾਰੇ ਸੋਚਿਆ। ਇਸ ਵੇਲੇ ਜਿਹੜਾ ਮੈਂ ਤੁਹਾਨੂੰ ਇਹ ਹਾਲ ਗਲੀ ਦਾ ਵਿਖਾ ਰਿਹਾ ਆ, ਆਹ ਵੇਖੋ ਸਾਰੇ ਜਿਹੜੇ ਤੁਸੀਂ ਇਹ ਗਲੀ ਦਾ ਹਾਲ ਵਿਖਾ ਰਿਹਾ। ਇਸ ਵੇਲੇ ਇਹ ਜੋ ਤੁਸੀਂ ਵੇਖ ਰਹੇ ਜੇ, ਇਸ ਵੇਲੇ ਮੌਜੂਦਾ ਸਰਕਾਰ ਕਿਹੜੀ ਆ ਅਤੇ ਕਿਹੜਾ ਇਸੇ MLA ਇਸ ਵੇਲੇ? ਇਸ ਵੇਲੇ ਮੈਂ MLA ਹੈਗਾ ਜੇ ਆਪਣਾ ਨਵਜੋਤ ਸੰਧੂ ਜੀ, ਜਿਹੜੇ ਪਹਿਲਾਂ ਕਿ ਅੱਜ ਤੱਕ ਜਿਉਂਦੇ ਵੀ ਉਹਨੂੰ ਜਿੱਤੇ ਇੱਥੋਂ, ਉਹਨਾਂ ਨੇ ਬਾਅਦ ਵਿੱਚ ਇੱਥੇ ਸਾਡੇ ਇੱਕ ਵਾਰ ਕਲੋਨੀਆਂ ਜਾ ਕੇ ਨਹੀਂ ਵੇਖਿਆ ਵੀ ਕੀ ਹਾਲ ਆ। ਪਰ ਉਹ ਤਾਂ ਸਰ ਲੋਕ ਬੜੀ ਸਿਫਤ ਕਰਦੇ ਆ, ਬਹੁਤ ਕੰਮ ਕਰ ਰਹੇ ਆ। ਬਿਲਕੁਲ ਨਹੀਂ, ਸਾਡੀ ਕਲੋਨੀ ਦੇ ਇੱਕ ਪੈਸੇ ਦਾ ਕੰਮ ਨਹੀਂ ਕੀਤਾ ਇਹਨਾਂ, ਨਾ ਇਹਨਾਂ ਆਣ ਕੇ ਇੱਥੇ ਤੁਹਾਨੂੰ ਵੇਖਿਆ ਹੀ ਆ ਵੀ ਕੀ ਇਹਨਾਂ ਦਾ ਹਾਲ ਆ। ਤੁਹਾਡਾ ਪੁੱਛਿਆ ਵੀ ਨਹੀਂ ਆ? ਨਾ, ਬਿਲਕੁਲ ਨਹੀਂ। ਸਿਰਫ ਜਿੰਨਾ ਚਿਰ ਵੋਟਾਂ ਪੈਣੀਆਂ ਸੀ ਉਨਾ ਚਿਰ ਰੁੰਗ ਰਹੇ ਆ, ਵੋਟਾਂ ਪੈਣ ਤੋਂ ਬਾਅਦ ਜਿੱਤ ਕੇ ਬਾਅਦ 'ਚ ਇਹਨਾਂ ਨੇ ਇੱਕ ਮਿੰਟ ਵੀ ਇੱਥੇ ਨਹੀਂ ਆਣ ਕੇ ਵੇਖਿਆ। ਇਹ ਕਦੋਂ ਤੋਂ ਸਿੱਧੂ ਸਾਹਿਬ ਇਸ ਇਲਾਕੇ ਦੇ ਵਿੱਚ ਕੰਮ ਕਰ ਰਹੇ ਆ? ਇਹ ਕੰਮ ਕੀਤਾ ਕੋਈ ਨਹੀਂ, ਕੰਮ ਕਰ ਕੀ ਰਹੇ ਆ ਜਾਂ ਇਸ ਹਲਕੇ 'ਚ ਕਦੋਂ ਦੇ ਆਏ, ਉਹਨਾਂ ਨੇ ਕਿੰਨੇ ਕੁ ਵਾਰੀ ਹੋ ਗਏ ਹੋਣਗੇ? ਇਹਨਾਂ ਨੂੰ ਘੱਟ ਤੋਂ ਘੱਟ ਤੋਂ ਘੱਟ 15 ਸਾਲ ਤਾਂ ਹੋ ਗਿਆ ਜੀ। 2000 ਸਾਲ ਦੇ ਲਾਗੇ ਬਣੇ ਉਹ ਉਦੋਂ ਇੱਥੇ ਬਣੇ? ਹਾਂਜੀ ਹਾਂਜੀ ਹਾਂਜੀ। ਸੋ ਆਪਾਂ ਇਸ ਤੋਂ ਬਾਅਦ ਅਗਲੇ ਘਰ ਚੱਲਦੇ ਹਾਂ ਔਰ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ। ਕੋਈ ਨਹੀਂ ਵੀਰੇ, ਕੋਈ ਨਹੀਂ, ਕੋਈ ਵਾਹਿਗੁਰੂ। ਬਸ ਹੁਣ ਇੱਕ ਮਿੰਟ, ਇੱਕ ਮਿੰਟ ਜੀ, ਘਰੋਂ ਬਾਹਰ ਆਇਓ ਭਾਬੀ ਜੀ। ਸਤਿ ਸ਼੍ਰੀ ਅਕਾਲ ਜੀ, ਆਹ ਤੁਹਾਡੀ ਗਲੀ ਦਾ ਹਾਲ ਕਦੋਂ ਦਾ, ਇਸ ਤਰ੍ਹਾਂ ਦਾ ਆ? ਤੁਹਾਡੇ ਗਲੀ ਦਾ ਕਦੋਂ? ਬੜੇ ਚਿਰ ਦਾ ਏਦਾਂ ਹੀ ਹੈ ਉਹ ਹਾਲ ਹੈ। ਕੋਈ 20 ਸਾਲ 25 ਸਾਲ ਕਿੰਨਾ ਚਿਰ ਹੋ ਗਿਆ? ਹਾਂਜੀ, 20 ਸਾਲ ਹੀ ਉਹ ਚੱਲੇ।
ਤੇ ਕਦੇ ਬਣਾਈ ਨਹੀਂ ਕਿਸੇ ਨੇ? ਨਾ ਕਿਸੇ ਨੇ ਵੀ ਨਹੀਂ। ਤੁਹਾਡਾ ਹਲਕਾ ਜਿਹੜਾ ਵਾ ਇੱਥੇ ਹਲੇ ਕੌਣ ਇੱਥੇ MLA ਆ? ਸਿੱਧੂ ਸਾਹਿਬ। ਸਿੱਧੂ ਸਾਹਿਬ ਨੇ? ਉਹਨਾਂ ਨੇ ਕਦੀ ਇਸ ਗਲੀ ਵੱਲ ਨਹੀਂ ਕੋਈ ਧਿਆਨ ਮਾਰਿਆ? ਆਉਂਦੇ ਫਿਰ ਤੁਰ ਕੇ ਚਲ ਜਾਂਦੇ, ਕੋਈ ਕਿਸੇ ਦਾ ਨਿਬੇੜਾ ਨਹੀਂ ਕਰਦੇ? ਕੋਈ ਨਿਬੇੜਾ ਨਹੀਂ ਕਰਦੇ ਉਹ? ਨਾ। ਔਰ 20 ਸਾਲ ਤੋਂ ਉੱਪਰ ਜ਼ਿਆਦਾ ਟਾਈਮ ਹੋ ਗਿਆ? ਹਾਂਜੀ ਹਾਂਜੀ। ਅਜੇ ਤੱਕ ਇਹੋ ਹੀ ਹਾਲ ਹੈ ਜੋ ਵੇਖ ਰਹੇ? ਇਹੋ ਹਾਲ, ਕੋਈ ਵੇਖੋ ਸਾਡੀ ਕੋਈ ਜ਼ਿੰਦਗੀ ਆ। ਅਤੇ ਕਿਸ ਤਰ੍ਹਾਂ ਫਿਰ ਤੁਸੀਂ ਜਦੋਂ ਜਾਂਦੇ ਆਉਂਦੇ ਕਿਸ ਤਰ੍ਹਾਂ ਜਾਂਦੇ ਆਉਂਦੇ ਜੀ? ਬਸ ਇੱਦਾਂ ਹੀ, ਵੇਖ ਲਓ ਕੀ ਹਾਲ ਹੈ, ਲੱਤਾਂ ਬਾਹਾਂ ਤੜਾ ਤੜਾ ਕੇ। ਲੱਤਾਂ ਬਾਹਾਂ ਤੜਾ ਤੜੂ ਕੇ ਲੋਕ ਜਾਂਦੇ ਆਉਂਦੇ ਆ ਇੱਥੇ? ਹਾਂਜੀ। ਕੋਈ ਰਿਸ਼ਤੇਦਾਰ ਨਹੀਂ ਸਾਡੇ ਇੱਥੇ ਵੜਦਾ? ਰਿਸ਼ਤੇਦਾਰ ਨਹੀਂ ਵੜਦਾ ਤੁਹਾਡੇ ਇੱਥੇ? ਨਾ। ਆਜ਼ਾਦ ਹਿੰਦੁਸਤਾਨ ਤੁਸੀਂ ਵੇਖ ਰਹੇ ਜੇ, ਆਹ ਵੇਖੋ ਹਾਲ। ਇਹ GT ਰੋਡ ਤੋਂ 10 ਮੀਟਰ ਦੀ ਦੂਰੀ 'ਤੇ ਇਹ ਜਿਹੜੀ ਕਲੋਨੀ ਸ਼ੁਰੂ ਹੁੰਦੀ ਆ, ਔਰ ਇਸ ਕਲੋਨੀ ਦਾ ਹਾਲ ਮੂਧਲ ਪਿੰਡ ਜੇ, ਬਾਰ ਬਾਰ ਤੁਹਾਨੂੰ ਕਹਿੰਦੇ ਮੂਧਲ ਪਿੰਡ, ਅਤੇ ਮੂਧਲ ਪਿੰਡ ਦਾ ਸਿਰਫ GT ਰੋਡ ਤੋਂ ਇਹ 10 ਗਜ਼ ਦੀ ਦੂਰੀ 'ਤੇ ਕਲੋਨੀ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਆਹ ਤੁਹਾਡੇ ਅੱਗੇ ਥੱਲੇ ਆਓ ਥੋੜ੍ਹਾ ਜਿਹਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡੀ ਗਲੀਆਂ ਬਾਰੇ ਵੇਖਣ ਜੀ, ਇਹ ਗਲੀਆਂ ਕਦੋਂ ਦੀ ਇਸ ਤਰ੍ਹਾਂ ਆ? ਇਹਨਾਂ ਨੂੰ ਹੋ ਗਏ ਕਾਫੀ ਚਿਰ ਹੋ ਗਿਆ ਜੀ, ਇਸ ਤਰ੍ਹਾਂ ਦੱਸ ਦਿੰਦੇ ਨਾ ਕੀ। ਅਤੇ ਇਹ ਬਣੀਆਂ ਬੁਣੀਆਂ ਨਹੀਂ ਕਦੀ? ਨਾ ਜੀ, ਇਹ ਨਹੀਂ ਜੇ ਬਣੀਆਂ। ਤਾਂ ਇੱਥੇ ਜਿਹੜੇ ਤੁਸੀਂ ਜੋ ਵੋਟਾਂ ਪਾਉਂਦੇ ਆ, ਤੁਹਾਨੂੰ ਵੋਟਾਂ ਲੈਣ ਲੋਕ ਆਉਂਦੇ, ਤੁਸੀਂ ਉਹਨਾਂ ਨੂੰ ਕਦੀ ਪੁੱਛਿਆ ਨਹੀਂ ਵੀ ਸਾਡਾ ਇਹ ਹਾਲ ਕੀ ਆ? ਕਹਿ ਦੇਈਦਾ ਵਾ, ਕਹਿ ਦਿੰਦੇ ਬਣਾ ਦਾਂਗੇ, ਅੱਜ ਬਣਾ ਦਿੰਦੇ, ਕੱਲ੍ਹ ਬਣਾ ਦਿੰਦੇ। ਤੁਹਾਨੂੰ 20 ਸਾਲਾਂ ਨਹੀਂ, 5 ਸਾਲਾਂ ਕਦੀ ਬਣਾ ਕੇ ਨਹੀਂ ਜਾਂਦੇ? ਨਹੀਂ ਜੀ। ਜਿਹੜਾ ਹੁੰਦਾ ਜਦੋਂ ਲਾਰੇ ਲਾਉਂਦਾ, ਤੁਸੀਂ ਉਹਨਾਂ ਕੋਲ ਦੱਸਦੇ ਨੀ ਵੀ 20 ਸਾਲ ਲੱਗੇ ਲਾਰੇ ਲੱਗੇ ਆ, ਤੁਸੀਂ ਕੋਈ ਗੱਲਬਾਤ ਨਹੀਂ ਕਰਦੇ ਉਹਨਾਂ ਨਾਲ? ਤੇ ਗੱਲਬਾਤ ਕਿਉਂ ਕਰਦੀ ਨਹੀਂ ਇਹਦੇ ਨਾਲ? ਕੀ ਕੋਈ ਨਹੀਂ, ਗੱਲਬਾਤ ਨਹੀਂ ਕਰਦੀ। ਫਿਰ ਕਿਸ ਤਰ੍ਹਾਂ ਜ਼ਿੰਦਗੀ ਝੱਟ ਲੰਘੂਗਾ, ਨਿਆਣੇ ਕਿਸ ਤਰ੍ਹਾਂ ਲੰਘਦੇ ਗਲੀਆਂ 'ਚੋਂ? ਇਸ ਤਰ੍ਹਾਂ ਇਹਦੇ ਨਾਲ ਕੀ ਹੈਗਾ ਜੀ, ਚਿੱਕੜ ਚਕੋਰ ਲੰਘਦੇ ਜੀ। ਤੁਹਾਡਾ ਕਿਹੜਾ ਹਲਕਾ, ਪੂਰਬੀ ਹਲਕਾ ਤੁਹਾਡਾ ਆ? ਇੱਥੇ ਕੌਣ ਇਸ ਵੇਲੇ MLA ਕੌਣ ਤੁਹਾਡਾ? MLA ਨਹੀਂ ਯਾਦ, ਤਾਂ ਹੀ ਤੋਂ ਬਣਾਉਂਦੇ ਨਹੀਂ ਸਾਡੀਆਂ ਗਲੀਆਂ, ਜੋ ਸਾਨੂੰ ਭੁੱਲ ਜਾਂਦਾ ਆ, ਉਹ ਚਾਹ ਜਾਂਦੇ ਆ। ਚਲੋ ਠੀਕ ਹੈ, ਤੁਹਾਨੂੰ ਆ ਦਿਆ ਜੀ। ਲਓ ਆਪਾਂ ਇਸ ਸਾਈਡ ਨੂੰ ਮੁੜਦੇ, ਪਹਿਲਾਂ ਆਹ ਸੱਜੇ ਮੁੜ ਜਾਂਦੇ ਹਾਂ, ਆਹ ਸੱਜੇ ਮੁੜ ਕੇ ਆਹ ਗਲੀ ਦਾ ਹਾਲ ਆ, ਵੇਖੋ ਤੁਸੀਂ ਸਾਰਿਆਂ ਨੇ ਆਹ ਗਲੀ ਚੱਲਦੇ ਜਾਂਦੇ। ਆਹ ਮੁੰਡੇ ਬੜੇ ਖਲੋਤੇ ਆ, ਮੁੰਡਿਆਂ ਨਾਲ ਗੱਲ ਕਰਦੇ ਹਾਂ। ਬਈ ਮੁੰਡੇ, ਉਹ ਤੁਸੀਂ ਅੱਜ ਕੰਮ 'ਤੇ ਨਹੀਂ ਗਏ? ਤੇ ਇੱਥੇ ਸਾਡੀ ਗਲੀ ਦਾ ਕੋਈ ਹੱਲ ਨਹੀਂ ਕਰਦੀ, ਸੁਣਦੀ ਨਹੀਂ ਆ। ਨਵਜੋਤ ਕੌਰ ਸਿੱਧੂ ਆਉਂਦੀ ਆ ਕਿ ਨਵਜੋਤ ਸਿੰਘ ਸਿੱਧੂ? ਉਹਨੇ ਜਣੇ ਆਉਂਦੇ ਆ, ਉਹਨਾਂ ਨੇ MLA ਬਣਾਇਆ ਆ ਤੇ ਨਹੀਂ ਉਹ ਸਾਡੀ ਸੁਣਦੇ। ਇਹ ਕਿੰਨੇ ਸਾਲ ਹੋ ਗਏ ਇਹਨਾਂ ਨੂੰ? 10-15 ਸਾਲ ਹੋ ਚੱਲੇ ਜੇ। 10-15 ਸਾਲ? ਹਾਂਜੀ ਹਾਂਜੀ। ਇਸ ਗਲੀ ਨੂੰ ਔਰ ਇਸ ਗਲੀ ਹੱਥ ਜੋੜ ਕੇ ਵੋਟ ਲੈ ਜਾਂਦੇ ਨੇ ਤੇ ਮੁੜ ਕੇ ਭੌਂਕੇ ਨਹੀਂ ਵੇਂਦੇ। ਔਰ ਕੋਈ ਇੱਟ ਨਹੀਂ ਇੱਥੇ, ਇੱਕ ਵੀ ਲੱਗੀ? ਇੱਕ ਨਹੀਂ ਲੱਗੀ, ਆਪਾਂ ਗੋਡੇ ਗੋਡੇ ਗਾਰੇ 'ਚ ਫਸੇ ਪਏ ਆ, ਸਾਡੀ ਕੋਈ ਨਹੀਂ ਸੁਣਦਾ। ਬੱਚੇ ਸਕੂਲਾਂ ਕਿਤਨਾ ਬੜੀ ਭੁੱਖੇ ਜਾਂਦੇ ਓ, ਘਰ ਕੰਮਾਂ ਤੇ ਜਾਂਦੇ ਵਿਚਾਰੇ, ਉਹ ਵੀ ਬੜੇ ਔਖੇ ਜਾਂਦੇ ਜੀ। ਆ ਵੇਖੋ ਤੁਸੀਂ ਸਾਰੀ ਗਲੀ ਦੇ ਹਾਲ ਵੇਖੋ, ਜੇ ਬੱਚਿਆਂ ਨੇ ਸਵੇਰੇ ਪੜਨ ਜਾਣਾ ਹੋਵੇ ਕਿਹੜੀ ਉਹ ਯੂਨੀਫਾਰਮ ਪਾ ਕੇ, ਤੁਸੀਂ ਸਾਰੇ ਵੇਖ ਸਕਦੇ। ਪੰਜਾਬੀ ਦਰਸ਼ਕੋ, ਮੈਂ ਤੁਹਾਨੂੰ ਬੇਨਤੀ ਕਰ ਰਿਹਾ ਕਿ ਆ ਵੇਖੋ ਕਿਹੜਾ ਬੰਦਾ ਜਾ ਸਕਦਾ। ਮੈਂ ਖੁਦ ਹੀ ਤੁਹਾਨੂੰ ਵਿਖਾਇਆ ਕਿ ਮੈਂ ਇਸ ਕਲੋਨੀ ਦੇ ਵਿੱਚ ਆ ਵੇਖੋ ਕੱਪੜੇ ਲਾ ਕੇ ਜੁੱਤੀ ਲਾ ਕੇ ਫੇਰ ਇੱਥੇ ਪਹੁੰਚਿਆ ਹਾਂ। ਇਹ ਸਾਰੇ ਲੋਕਾਂ ਦੀ ਹਾਲਤ ਵੇਖੋ, ਇਹ ਕਹਿੰਦੇ ਆ ਕਿ ਨਾ ਤੁਸੀਂ ਵਾਂਡੇ ਜਾਣ ਜੋਗੇ, ਨਾ ਸਾਡੇ ਘਰ ਕੋਈ ਰਿਸ਼ਤੇਦਾਰੀ ਵੜਦਾ ਆ। ਜਦੋਂ ਵੋਟਾਂ ਆਉਂਦੀਆਂ ਆ ਉਦੋਂ ਤੁਸੀਂ ਫਿਰ ਕੀ, ਤੁਹਾਨੂੰ ਕੀ ਜੋੜ ਜੋੜ ਕੇ ਆਉਂਦੇ ਆ ਵੀ ਵੋਟਾਂ ਦਿਓ ਤਾਂ ਆਪਾਂ ਤੁਹਾਡੇ ਹੱਲ ਕਰਾਂਗੇ? ਕਿਸੇ ਹੱਲ ਨਾ ਜੀ ਪਾ ਦਿੱਤੀਆਂ,
ਕਿ ਸਾਡੀ ਕਰੋਲੀ ਦਾ ਹੱਲ ਬਣੂਗਾ, ਕੁਛ ਨਹੀਂ ਬਣਿਆ, ਨਹੀਂ ਬਣਿਆ, ਵੇਖ ਸਕਦੇ ਕੁਛ ਨਹੀਂ ਬਣਿਆ ਸਾਡੀ। ਤੁਸੀਂ ਕੀ ਕਹੋਗੇ ਇਹਦੇ ਬਾਰੇ? ਅਸੀਂ ਵੀ ਕਹਾਂਗੇ ਸਾਡੇ ਗਾਰਾ ਚੁਕਾਉਣਾ ਚਾਹੀਦਾ, ਸਾਡੇ ਲਾਈਟਾਂ ਬਣ, ਸੜਕ ਗਲੀਆਂ ਬਣਨੀਆਂ ਚਾਹੀਦੀਆਂ, ਵੋਟਾਂ ਲੈਣ ਆ ਜਾਂਦੇ ਕੋਈ ਸਵਾਰਦੇ ਸਾਡਾ ਕੁਛ ਨਹੀਂ। ਇਸ ਪਿੰਡ 'ਚ ਕੋਈ ਹੋਰ ਪੈਸੇ ਪੂਸੇ ਮਿਲੇ ਆ? ਪੈਸੇ ਪੈਸੇ ਇੱਥੇ ਕਲੋਨੀ 'ਚ ਸਾਨੂੰ ਕੋਈ ਦੱਸਿਆ ਨਹੀਂ ਪੈਸੇ ਮਿਲੇ ਦੇ, ਕਲੋਨੀ 'ਚ ਕੋਈ ਪੈਸਾ ਨਹੀਂ ਮਿਲਿਆ, ਕੋਈ ਮਿਲਿਆ ਜੇ ਮਿਲਿਆ ਵੀ ਹੋਊਗਾ ਤਾਂ ਸਾਨੂੰ ਕੀ ਪਤਾ ਮਿਲਿਆ ਕਿ ਨਹੀਂ ਮਿਲਿਆ। ਹਾਂ ਸਾਨੂੰ ਤਾਂ ਆਪਣੀ ਗਲੀ ਨਾ ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਜੀ? ਨਰਿੰਦਰ ਸਿੰਘ। ਨਰਿੰਦਰ ਸਿੰਘ ਜੀ, ਆ ਤੁਹਾਡੀ ਗਲੀ ਦਾ ਬੜਾ ਹਾਲ, ਕੀ ਇਹ ਬਣੀ ਨਹੀਂ ਕਦੀ? ਇਹ ਜੀ ਜਦੋਂ ਵੀ ਆਉਂਦੇ ਨਾ ਸਿੱਧੂ ਹਰੀ, ਹਾਂਜੀ ਦੋਵੇਂ ਜੀ ਆਉਂਦੇ ਆ, ਇਹ ਬੜੇ ਇੱਥੇ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰ ਜਾਂਦੇ ਆ ਜੀ, ਅਤੇ ਇੱਥੇ ਕੋਈ ਕਾਰੋਬਾਰ ਨਹੀਂ, ਕੋਈ ਲੈਣਾ ਦੇਣਾ ਇੱਕ ਪੈਸਾ ਨਹੀਂ ਆਉਂਦਾ, ਲਾਗੇ ਸਾਡੇ ਕਾਰੋਬਾਰ ਜਿੰਨੇ ਹੈਗੇ ਫੈਕਟਰੀਆਂ ਫੂਟਰੀਆਂ ਲੱਗੀਆਂ ਸਭ ਬੰਦ ਕਰਾਤੀਆਂ ਲਾਗੋ ਲਾਗੋ, ਅਤੇ ਹੁਣ ਸਾਡੇ ਕੋਈ ਕਾਰੋਬਾਰ ਨਹੀਂ ਹੈਗਾ, ਗਲੀਆਂ ਦਾ ਵੇਖੋ ਕੀ ਹਾਲ ਬੁਰਾ ਹਾਲ ਹੋਇਆ ਜੇ, ਅਤੇ ਇੱਕ ਵਾਰੀ ਆਉਂਦੇ ਆ ਮੁੜ ਕੇ ਬਸ ਉਦੋਂ ਵੋਟਾਂ ਲੈ ਕੇ ਹੱਥ ਜੋੜ ਕੇ ਚੱਲ ਜਾਂਦੇ, ਮੁੜ ਕੇ ਕੱਖ ਨਹੀਂ। ਅੱਛਾ ਤੁਹਾਡਾ ਪਿੰਡ ਮੈਂ ਤੇ ਤਕਰੀਬਨ ਪੜਿਆ ਦੇ ਗੋਦ ਲਿਆ, ਸਿੱਧੂ ਸਾਹਿਬ ਨੇ ਨਾਲ ਹੀ ਤੁਹਾਡਾ ਜਿਹੜਾ ਐਮ ਪੀ ਔਜਲਾ ਉਹਨੇ ਗੋਦ ਲਿਆ, ਇਹ ਗੋਦ ਲਿਆ ਪਿੰਡ ਆ ਜਿਹੜਾ? ਹਾਂਜੀ ਇਹ ਇਹਨਾਂ ਨੇ ਕਿਹਾ ਸੀ ਇਹ ਗੋਦ ਲਿਆ ਵਾ, ਇਹ ਗੋਦ ਵਾਲੇ ਹੁਣ ਕੋਈ ਕੰਮ ਹੀ ਨਹੀਂ ਇੱਥੇ ਹੈਗੇ, ਅਤੇ ਕੋਈ ਕਾਰੋਬਾਰ ਨਹੀਂ ਇੱਥੇ, ਨਾ ਕੋਈ ਇੱਥੇ ਕੋਈ ਗਲੀਆਂ ਦਾ ਕੋਈ ਕੰਮ ਆ, ਨਾ ਕੋਈ ਇੱਥੇ ਕੋਈ ਉੱਥੇ ਕੋਈ ਸੜਕ ਦੇ ਉੱਤੇ ਕੋਈ ਨਹੀਂ ਕੰਮ ਕਰਦਾ ਕੋਈ। ਇਹਦਾ ਮਤਲਬ ਆ ਕਿ ਜਿਸ ਪਿੰਡ ਨੂੰ ਜਿੱਦਾਂ ਆਪਣਾ ਕੋਈ ਬੱਚਾ ਗੋਦ ਲੈ ਲੈਂਦੇ ਹਾਂ ਅਤੇ ਉਹਨੂੰ ਬੱਚਿਆਂ ਵਾਂਗੂ ਖੁਰਾਕ ਦਿੰਦੇ ਹਾਂ, ਉਹਨੂੰ ਸੰਭਾਲਣਾ ਸਭ ਕੁਝ ਉਹਦੀ ਜ਼ਿੰਮੇਵਾਰੀ ਬਣ ਜਾਂਦੀ ਆ, ਉਹਦੀ ਪੜ੍ਹਾਈ, ਉਹਨੂੰ ਕੱਪੜਾ ਲੀੜਾ, ਤਾਂ ਉਹੀ ਗੋਦ ਇਹ ਪਿੰਡ ਦਾ ਸੋਚਣਾ ਜਿਹੜਾ, ਜਿਹਨਾਂ ਲੋਕਾਂ ਨੇ ਗੋਦ ਲਏ ਉਹਨਾਂ ਨੂੰ ਹੁਣ ਤੱਕ ਖਿਆਲ ਵੀ ਨਹੀਂ ਕਿ ਮੂਧਲ ਪਿੰਡ ਦੀ ਕਲੋਨੀ ਦੇ ਵਿੱਚ ਤੁਸੀਂ ਵੇਖ ਰਹੇ ਜੇ ਕਿ ਆਹ ਗਾਰੇ ਦੇ ਵਿੱਚ ਵੇਖ ਲਓ ਆਹ ਲੋਕ ਕਿਸ ਤਰ੍ਹਾਂ ਬੇਰੁਜ਼ਗਾਰੀ, ਉੱਪਰੋਂ ਆਹ ਗਲੀਆਂ ਦਾ ਹਾਲ ਆ, ਤੁਸੀਂ ਕੀ ਕਹਿਣਾ ਚਾਹੁੰਦੇ ਸਰਕਾਰਾਂ ਨੂੰ? ਅਸੀਂ ਤਾਂ ਕਹਿਣਾ ਚਾਹੁੰਦੇ ਹਾਂ ਕਿ ਸਾਡੇ ਬਾਜ਼ਾਰ ਵੀ ਬਣਨ, ਸਾਨੂੰ ਇੱਥੇ ਫੈਕਟਰੀ ਵੀ ਇੱਕ ਦੋ ਲਵਾ ਕੇ ਦੇਣ, ਅੱਗੇ ਕਈ ਫੈਕਟਰੀਆਂ ਇੱਥੋਂ ਚੁੱਕੀਆਂ ਗਈਆਂ ਅਲੱਗ ਅਲੱਗ, ਇੱਕ ਸਾਕੋ ਚੁੱਕੀ ਗਈ ਆ, ਇੱਕ ਹੋਰ ਦੋ ਤਿੰਨ ਕਾਰਖਾਨੇ ਜਿਹੜੇ ਚੁੱਕੇ ਗਏ ਆ, ਅਤੇ ਇੱਥੇ ਕੋਈ ਕਾਰੋਬਾਰ ਨਹੀਂ ਗਾ ਚੱਲਣ ਡਿਆ, ਅਤੇ ਸਾਡਾ ਹੁਣ ਹੋਵੇ ਨਾ ਤਾਂ ਹੁਣ ਬਾਜ਼ਾਰਾਂ ਦਾ ਵੀ ਜ਼ਰੂਰੀ ਚਾਹੀਦਾ ਵਾ ਬਹੁਤ ਜ਼ਿਆਦਾ ਚੱਕਰ, ਜੇ ਇੱਥੇ ਨਾ ਕੋਈ ਪ੍ਰਾਹੁਣਾ ਆਉਂਦਾ ਜੇ, ਨਾ ਉਹ ਵੀ ਡਰਦੇ ਵਿਚਾਰੇ ਪਿਛਾਂ ਹੀ ਮੁੜ ਜਾਂਦੇ ਆ ਜੀ, ਅਤੇ ਹੁਣ ਅਸੀਂ ਇਹੋ ਗੱਲ ਚਾਹੁੰਦੇ ਹਾਂ ਕਿ ਜੇ ਸਾਡਾ ਕੰਮ ਕਰਨਾ ਤਾਂ ਬੜਾ ਪ੍ਰੇਮ ਦੇ ਨਾਲ ਕਰਨ, ਅਤੇ ਜੇ ਨਹੀਂ ਤਾਂ ਇਸ ਤਰ੍ਹਾਂ ਇੱਥੇ ਆਉਣ ਦੀ ਲੋੜ ਹੀ ਕੋਈ ਨਹੀਂ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਕਹਿਣਾ ਚਾਹੁੰਦੇ ਆ ਗਲੀਆਂ ਬਾਜ਼ਾਰਾਂ ਬਾਰੇ? ਗਲੀਆਂ ਬਹੁਤ ਗੰਦੀਆਂ ਨੇ। ਅੱਛਾ ਜੀ। ਸੀਵਰ ਜਿਹੜੇ ਸੀਵਰ ਨੇ ਪੂਰੇ ਪਏ ਹੈਗੇ ਆ, ਪਾਣੀ ਦੀ ਨਿਕਾਸ ਕੋਈ ਨਹੀਂ ਹੈਗਾ। ਪਾਣੀ ਅੱਗੇ ਜਾਂਦਾ ਕਿਤੇ ਨਹੀਂ? ਕਿਤੇ ਨਹੀਂ ਜਾਂਦਾ, ਉੱਥੇ ਟੋਆ ਜਿਹਾ ਕੱਢਿਆ ਛੋਟਾ ਜਿਹਾ। ਅੱਛਾ। ਉਹ ਟੋਏ ਦੇ ਵਿੱਚ ਜਾਂਦਾ। ਅੱਛਾ ਤੂੰ ਕਹਿੰਦੇ ਸੀ ਤੁਹਾਡਾ ਜਿਹੜਾ ਸੀਵਰ ਆ ਉਹ ਤਾਂ ਆਪਾਂ ਸਿੱਧਾ ਮੈਂ ਸੁਣਿਆ ਪੜ੍ਹਿਆ ਸੀ ਅਖਬਾਰ ਦੇ ਵਿੱਚ ਉਹ ਕਿਸੇ ਨਖਾਸੂ ਜਾਂ ਪੂਰੇ ਵੇਰਕੇ ਦੇ ਸੀਵਰ ਨਾਲ ਮਿਲਾ ਦਿੱਤਾ ਜਾਊਗਾ, ਅਤੇ ਇਹ ਉੱਧਰ ਨਹੀਂ ਮਿਲਾਇਆ ਉਹਨਾਂ ਨੇ? ਅਜੇ ਕੋਈ ਨਹੀਂ ਮਿਲਾਇਆ ਜੀ। ਕੁਛ ਨਹੀਂ ਕੀਤਾ? ਕੁਛ ਨਹੀਂ ਕੀਤਾ ਸਰ। ਪਿੰਡ ਦਾ ਟੋਆ ਪੁੱਟਿਆ, ਪਿੰਡ ਲੱਗੇ ਆਪਣਾ ਫੋਗਲ ਪੁਆਇੰਟ ਦੇ ਨਾਲ ਹੀ ਟੋਆ ਪੁੱਟਿਆ ਆਪਣੇ ਜੀ, ਉੱਥੇ ਟੋਏ 'ਚ ਪਾਣੀ ਪੀਂਦਾ, ਸੀਵਰ ਬੰਦ ਹੋ ਜਾਂਦੇ ਆ ਜੀ, ਫਿਰ ਪੈਸੇ ਦੇ ਕੇ ਕਢਾਉਂਦੇ ਵੀ ਹੈਗੇ ਆ ਫਿਰ ਵੀ ਨਹੀਂ। ਕੀ ਕਹਿਣਾ ਚਾਹੁੰਦੇ ਤੁਸੀਂ? ਅਸੀਂ ਕਹਿੰਦੇ ਹਾਂ ਸਾਡੀਆਂ ਗਲੀਆਂ ਬਣ, ਸਾਡਾ ਸੀਵਰ ਦਾ ਨਿਕਾਸ ਵੀ ਜਿਹੜਾ ਬਾਹਰ ਨਿਕਲੇ ਜੀ, ਸੀਵਰ ਬੰਦ ਨਾ ਹੋਣ, ਸੀਵਰ ਬੰਦ ਨਾ ਹੋਣ ਤੁਹਾਡੇ। ਹਾਂਜੀ ਆਹ ਦਰਵਾਜ਼ਾ ਖੜਕਾ ਕੇ ਵੇਖਦੇ ਹਾਂ, ਇੱਕ ਮਿੰਟ ਜੀ, ਘਰ ਕੋਈ ਅੱਗੇ ਬਾਹਰ ਆਇਓ ਮਾੜਾ ਜਿਹਾ, ਨਹੀਂ ਨਹੀਂ ਬਾਹਰ ਆਓ, ਬਾਹਰ ਆਓ, ਬਾਹਰ ਨਿਕਲ ਗਿਆ ਬਾਹਰ। ਸਤਿ ਸ਼੍ਰੀ ਅਕਾਲ ਜੀ। ਗਲੀਆਂ ਬਣਦੀਆਂ ਜੇ ਨਾ ਕੋਈ ਨਾਲੀਆਂ ਦਾ ਪਾਣੀ ਦਾ ਨਿਕਾਸ ਹੈਗਾ ਜੀ। ਤੁਹਾਡਾ ਐਮਐਲਏ ਕੌਣ ਆ?
ਸਾਡੇ ਐਮ ਐਲ ਏ ਨਵਜੋਤ ਸਿੱਧੂ ਦਾ ਹੈਗਾ ਜੀ, ਤੇ ਉਹ ਉਹਨਾਂ ਦੇ ਪਤਨੀ ਪਹਿਲਾਂ ਉਹਨਾਂ ਦੇ ਪਤਨੀ ਵੀ ਦੋ ਤਿੰਨ ਵਾਰ ਆਏ ਆ, ਇੱਥੇ ਗਰਾਂਡਾਂ ਵੀ ਦੇ ਕੇ ਗਏ ਆ ਜੀ, ਪਰ ਕੋਈ ਗਰਾਂਡਾ ਨਾ, ਇੱਥੇ ਸਭ ਕੁਝ ਨਾ ਮੈਂਬਰ ਵੀ ਰਲੇ ਜੇ ਸਰਪੰਚ ਵੀ ਰਲੇ ਜੇ, ਸਾਰੇ ਖਾ ਲੈਂਦੇ ਜੇ ਆਪਣੇ ਘਰ ਭਰ ਬੁਣੇ ਤੇ, ਪਰ ਗਲੀਆਂ ਦਾ ਕੋਈ ਨਹੀਂ ਸੋਚਦਾ, ਗਲੀਆਂ ਦਾ ਕੋਈ ਨਹੀਂ ਸੋਚਦਾ, ਗਲੀਆਂ ਦਾ ਕੋਈ ਨਹੀਂ ਸੋਚਦਾ, ਬੱਚੇ ਹੁਣ ਸਕੂਲ ਜਾਂਦੇ ਆ, ਉਹ ਵੇਖੋ ਤੁਸੀਂ ਕਿਸ ਤਰ੍ਹਾਂ ਜਾਂਦੇ ਆ, ਕੱਲ ਬੱਚੇ ਡਿੱਗਣ ਦੇ ਫੜ ਫੜ ਕੇ ਬੱਚੇ ਲਿਆਂਦੇ ਆ ਅਸੀਂ ਆਪ ਜਾ ਕੇ, ਕੋਈ ਹਾਲ ਨਹੀਂ ਇੱਥੇ ਹੈਗਾ, ਬੱਚਿਆਂ ਦਾ ਵੀ ਵੇਖ ਸੋਚਣਾ ਚਾਹੀਦਾ ਨਾ ਵੀ ਕਿੱਦਾਂ ਸਕੂਲ ਜਾਂਦੇ ਆ, ਛੁੱਟੀਆਂ ਹੀ ਕਿੱਦਾਂ, ਜੇ ਛੁੱਟੀਆਂ ਇਹ ਸਾਡੀਆਂ ਗਲੀਆਂ ਪੱਕੀਆਂ ਹੋਣੀਆਂ ਚਾਹੀਦੀਆਂ ਵਾ, ਪਾਣੀ ਦਾ ਕੋਈ ਨਿਕਾਸ ਹੋਣਾ ਚਾਹੀਦਾ, ਸਾਡੇ ਰਿਸ਼ਤੇਦਾਰ ਆਉਂਦੇ ਆ, ਭੈਣ ਭਰਾ ਆਉਂਦੇ ਆ, ਅਸੀਂ ਉਹਨਾਂ ਨੂੰ ਫੋਨ ਕਰਦੇ ਵੀ ਨਹੀਂ ਭਾਈ ਸਾਡੀਆਂ ਗਲੀਆਂ ਨਹੀਂ ਸਾਫ਼ ਹੈਗੀਆਂ, ਨਾ ਹੀ ਕੋਈ ਨਾ ਆਇਓ ਸਾਡੇ ਕੋਲ, ਮਿਹਰਬਾਨੀ, ਹਾਂਜੀ। ਸੋ ਪੰਜਾਬੀ ਵੀਰੋ, ਪੰਜਾਬ ਵੀਰ ਦੇ ਦਰਸ਼ਕੋ, ਮੈਂ ਤੁਹਾਨੂੰ ਆਖਰੀ ਕਹਿਣਾ ਚਾਹੁੰਦਾ ਕਿ ਇਸ ਵੇਲੇ ਮੈਂ ਜੇ ਖੜਾ ਆ ਲਾਸਟ ਦੇ ਵਿੱਚ, ਤੇ ਇਹ ਪਿੰਡ ਮੂਦਲ ਬਟਾਲਾ ਰੋਡ ਤੇ ਸਥਿਤ ਆ, ਅੰਮ੍ਰਿਤਸਰ ਦਾ ਪੂਰਬੀ ਹਲਕਾ ਆ ਇਹ, ਜਿੱਥੇ ਇਹ ਪਿੰਡ ਪੈਂਦਾ ਆ, ਇਹ ਬਿਲਕੁਲ ਜੀ ਟੀ ਰੋਡ ਦੇ ਉੱਪਰ ਸਥਿਤ ਆ, ਜੋ ਤੁਹਾਨੂੰ ਗਲੀਆਂ ਦੀ ਹਾਲਤ ਦੱਸੀ ਆ। ਔਰ ਤੁਸੀਂ ਵੇਖਿਆ ਹੋਊਗਾ ਕਿ ਬਾਹਰਲੇ ਦੇਸ਼ ਦੇ ਲੋਕ ਅਕਸਰ ਹੀ ਪਿੰਡਾਂ ਜਦੋਂ ਸਾਡੇ ਇੱਧਰ ਫੋਨ ਕਰਦੇ ਤਾਂ ਇੱਕੋ ਹੀ ਗੱਲ ਕਹਿੰਦੇ ਆ ਕਿ 70 ਤੋਂ 72 ਸਾਲ ਹੋ ਗਏ ਤੁਹਾਡੀਆਂ ਅਜੇ ਗਲੀਆਂ ਨਾਲੀਆਂ ਨਹੀਂ ਬਣੀਆਂ, ਅਤੇ ਉਹ ਬਿਲਕੁਲ ਠੀਕ ਹੀ ਕਹਿੰਦੇ ਆ, 70 ਤੋਂ 72 ਸਾਲ ਹੋ ਗਏ ਸਾਡੀਆਂ ਨਾ ਗਲੀਆਂ ਅਤੇ ਨਾ ਸਾਡੀਆਂ ਨਾਲੀਆਂ ਬਣੀਆਂ ਆ। ਹੁਣ ਹਾਲਾਤ ਕੀ ਬਣੇ ਆ, ਹਾਲਾਤ ਇਹ ਬਣੇ ਆ ਕਿ ਨਾ ਤਾਂ ਇੱਥੇ ਇਹਨਾਂ ਪਿੰਡਾਂ ਦੇ ਵਿੱਚ ਕੋਈ ਰਿਸ਼ਤੇਦਾਰ ਆਉਂਦਾ, ਨਾ ਕੋਈ ਜਾਂਦਾ ਆ, ਇੱਥੋਂ ਤੱਕ ਕਿ ਇਹਨਾਂ ਗਲੀਆਂ ਮੁਹੱਲਿਆਂ ਦੇ ਵਿੱਚ ਧੀਆਂ ਭੈਣਾਂ ਔਰ ਮੁੰਡਿਆਂ ਦੇ ਰਿਸ਼ਤੇ ਹੋਣੋਂ ਵੀ ਖੜ ਗਏ ਵੀ ਇਹਨਾਂ ਦੇ ਘਰਾਂ ਦੇ ਜਾਣ ਨੂੰ ਰਸਤਾ ਨਹੀਂ ਹੈਗਾ, ਇੱਥੇ ਰਿਸ਼ਤਾ ਕਰਨਾ ਕੀ, ਅਤੇ ਨਾ ਕੋਈ ਰਿਸ਼ਤਾ ਲੈਂਦਾ ਹੀ ਆ ਅਤੇ ਨਾ ਕੋਈ ਰਿਸ਼ਤਾ ਇੱਥੇ ਦਿੰਦਾ ਹੀ ਆ, ਜੋ ਹਾਲਤ ਹੋ ਗਈ ਉਹ ਤੁਹਾਡੇ ਸਾਹਮਣੇ ਆ। ਸੋ ਸਰਕਾਰਾਂ ਨੂੰ ਬੇਨਤੀ ਆ ਕਿ ਵੱਡੇ ਵੱਡੇ ਐਲਾਨ ਕਰਨ ਦੀ ਥਾਂ ਉਹ ਜ਼ਮੀਨੀ ਪੱਧਰ 'ਤੇ ਆਉਣ, ਔਰ ਜ਼ਮੀਨ 'ਤੇ ਆ ਕੇ ਜੋ ਇਹਡੇ ਜੋ ਇਹ ਹਲਕੇ ਦੇ ਪੂਰਬੀ ਹਲਕਾ ਅੰਮ੍ਰਿਤਸਰ ਜੋ ਆ, ਇੱਥੋਂ ਦੇ ਲੀਡਰ ਬਹੁਤ ਨਾਮਜ਼ਦ ਆ, ਉਸ ਲੀਡਰ ਦਾ ਪੂਰੀ ਦੁਨੀਆ ਦੇ ਵਿੱਚ ਨਾਂ ਆ, ਔਰ ਸਾਡੀ ਉਹਨਾਂ ਤੱਕ ਇਹ ਗੁਜ਼ਾਰਿਸ਼ ਬੇਨਤੀ ਆ ਕਿ ਉਸ ਨਾਂ ਦੇ ਕਰਕੇ ਤੁਹਾਡੀਆਂ ਇੰਨੀਆਂ ਸਿਫਤਾਂ ਕੀਤੀਆਂ ਜਾਂਦੀਆਂ ਔਰ ਬਹੁਤ ਥੋੜ੍ਹੇ ਦਿਨਾਂ ਦੇ ਵਿੱਚ ਤੁਹਾਨੂੰ ਬਹੁਤ ਵੱਡਾ ਰੁਤਬਾ ਮਿਲਣ ਵਾਲਾ ਹੈ ਕਿ ਤੁਸੀਂ ਇੱਕ ਬਹੁਤ ਵੱਡੀ ਪੋਸਟ 'ਤੇ ਜਾਣ ਵਾਲੇ ਹੋ। ਸਾਡੀ ਉਸ ਲੀਡਰ ਨੂੰ ਬੇਨਤੀ ਆ ਕਿ ਆਹ ਗਰੀਬਾਂ ਦਾ ਹਾਲ ਵੇਖੋ ਔਰ ਇਹਨਾਂ ਗਰੀਬਾਂ ਦੀਆਂ ਗੱਲਾਂ ਬਾਤਾਂ ਸੁਣੋ ਕਿ ਇਹਨਾਂ ਦੀਆਂ ਆਹ ਗਲੀਆਂ ਨਾਲੀਆਂ ਵੇਖੋ ਜਿਨ੍ਹਾਂ ਦੇ ਵਿੱਚੋਂ ਬੱਚੇ ਸਕੂਲਾਂ ਤੱਕ ਨਹੀਂ ਜਾ ਸਕਦੇ। ਸੋ ਅਖੀਰ ਦੇ ਵਿੱਚ ਇਹੀ ਲੋਕਾਂ ਦੇ ਥਰੂ ਇਹ ਬੇਨਤੀ ਮੈਂ ਕਰਨੀ ਚਾਹੁੰਦਾ ਹਾਂ ਕਿ ਜਿੰਨੀ ਵੀ ਜਲਦੀ ਜਲਦੀ ਹੋ ਸਕਦਾ ਆ ਇਹਨਾਂ ਦੀਆਂ ਗਲੀਆਂ ਨਾਲੀਆਂ ਸਭ ਤੋਂ ਪਹਿਲਾਂ ਬਣਾਈਆਂ ਜਾਣ, ਹੋਰ ਵੀ ਬੜੀਆਂ ਮੁਸ਼ਕਲਾਂ ਨੇ ਉਹ ਨਾਲ ਚੱਲਦੀਆਂ ਰਹਿਣਗੀਆਂ। ਮੈਂ ਹਰਿੰਦਰ ਵੇਰਕਾ ਦੇ ਨਾਲ ਵਜ਼ੀਰ ਮੋਦਲ, ਆਵਾਜ਼ੇ ਕੌਣ ਟੀਵੀ।